ਪੀਟੀ 2000 ਵਿੱਚ ਸਫਲਤਾ ਹਾਸਲ ਕਰਨ ਲਈ ਕਰਨਾ ਕੀ ਹੈ? ਇਹ ਵੱਡਾ ਕੁਐਸਚਨ ਹੈ। ਅੱਛਾ, ਕਰਨਾ ਕੀ ਦੇ ਅੰਡਰ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਪੜ੍ਹਨਾ ਕੀ ਹੈ, ਅਧਿਐਨ ਕਿਸ ਦਾ ਕਰਨਾ ਹੈ, ਮਤਲਬ ਸਿਲੇਬਸ ਕੀ ਹੋਏਗਾ। ਸਿਲੇਬਸ ਆਊਟ ਨਹੀਂ ਹੋਇਆ ਗਵਰਨਮੈਂਟ ਵੱਲੋਂ, ਇਸ ਦੇ ਇਲਾਵਾ ਹੋਰ ਕਿਹੜੇ ਸੋਰਸ ਹੋ ਸਕਦੇ ਨੇ ਸਿਲੇਬਸ ਤੱਕ ਪਹੁੰਚਣ ਲਈ ਜਾਂ ਉਹਨਾਂ ਕੁਐਸਚਨਾਂ ਤੱਕ ਪਹੁੰਚਣ ਲਈ ਜਿਹੜੇ ਕੁਐਸਚਨਾਂ ਦੇ ਰਾਈਟ ਆਂਸਰ ਤੱਕ ਪਹੁੰਚ ਕੇ ਇਹ ਸਫਲਤਾ ਹਾਸਲ ਕਰਨੀ ਹੈ। ਸੋ ਇਹ ਇਹਨਾਂ ਗੱਲਾਂ 'ਤੇ ਵਿਚਾਰ ਕਰਨ ਲਈ ਮੈਕਸੀਮਮ ਪੋਸੀਬਲ ਅਸੀਂ ਰਾਈਟ ਆਂਸਰ ਤੱਕ ਪਹੁੰਚ ਸਕੀਏ ਅਤੇ ਇਹ ਦੋ ਚੀਜ਼ਾਂ ਕਿਹੜੀਆਂ 'ਤੇ ਫੋਕਸ ਕਰਨਾ ਚਾਹੀਦਾ ਹੈ, ਉਹਨਾਂ ਦਾ ਆਂਸਰ ਐਕਸਪਰਟਸ ਤੋਂ ਲੈਣਾ ਚਾਹੀਦਾ ਹੈ। ਸਾਡੇ ਕੋਲ ਨੇ ਪ੍ਰੋਫੈਸਰ ਸਿਮਰਨਜੀਤ ਸਿੰਘ, ਆਲਰੇਡੀ ਮੈਂ ਕਈ ਵਾਰ ਇਹਨਾਂ ਨੂੰ ਡਾਕਟਰ ਸਿਮਰਨਜੀਤ ਸਿੰਘ ਕਹਿ ਦਿੰਦਾ ਹੈ ਅਤੇ ਗੁੱਸਾ ਕਰ ਜਾਂਦੇ ਨੇ, ਕਹਿੰਦੇ ਸਰ ਸੱਚ ਬੋਲਣਾ ਹੈ। ਸੋ ਕਿਉਂਕਿ ਕਾਬਲੀਅਤ ਹੈ ਇਹਨਾਂ ਦੀ, ਸੋ ਇਹ ਦੱਸਣਗੇ ਕਿ ਜਿਹੜੇ ਨਵੇਂ ਕੈਂਡੀਡੇਟ, ਗੈਪ ਵਾਲੇ ਕੈਂਡੀਡੇਟ ਜਾਂ ਕੋਈ ਹੋਰ ਕੈਂਡੀਡੇਟ ਆਲਰੇਡੀ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਜ਼ਿਆਦਾ ਫੋਕਸ ਕਿਸ 'ਤੇ ਕਰਨਾ ਹੈ, ਕਿਹੜੇ ਸੋਰਸਿਸ ਤੋਂ ਕਰਨਾ ਹੈ? ਸਰ ਪਲੀਜ਼। ਬਿਲਕੁਲ। ਸੋ ਸਭ ਤੋਂ ਪਹਿਲੀ ਚੀਜ਼ ਹੈ ਕਿ ਸਾਡੇ ਆਪਾਂ ਸਿਰਫ ਦੋ ਚੀਜ਼ਾਂ 'ਤੇ ਫੋਕਸ ਕਰਨਾ ਹੈ। ਜੇ ਤੁਸੀਂ DP PTI ਦੀ 2000 PTI ਦੀ ਤਿਆਰੀ ਕਰ ਰਹੇ ਹੋ, ਜੀ ਜੀ, ਦੋ ਚੀਜ਼ਾਂ ਦਾ ਉੱਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਪਹਿਲੀ ਚੀਜ਼ ਹੈਗੀ ਹੈ ਪ੍ਰੀਵੀਅਸ ਈਅਰ ਕੁਐਸਚਨਸ। ਜੀ, ਮੰਨ ਲਓ ਹੁਣ ਤੁਸੀਂ ਕਹਿੰਦੇ ਹੋ ਕਿ ਸਰ PTI 2000 ਜਿਹੜਾ ਐਗਜ਼ਾਮ 646 ਪੋਸਟਾਂ ਆਈਆਂ ਸੀ, ਉਹ ਤਾਂ ਤੁਸੀਂ ਦੱਸਿਆ ਸੀ 2011 ਵਿੱਚ, ਜੀ ਜੀ ਜੀ, ਤੇ ਉਹਦਾ ਕੁਐਸਚਨ ਪੇਪਰ ਨਹੀਂ ਮਿਲ ਰਿਹਾ ਤੇ ਆਪਾਂ ਕਿੱਦਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਐਨਾਲਿਸਿਸ ਕਰੀਏ? ਨਾਲੇ ਸਰ ਗੈਪ ਬੜਾ ਹੈ 13 ਸਾਲ ਦਾ। ਬਿਲਕੁਲ ਬਿਲਕੁਲ। ਸੋ ਪ੍ਰੀਵੀਅਸ ਈਅਰ ਕੁਐਸਚਨਸ ਦੀ ਜੇ ਆਪਾਂ ਐਨਾਲਿਸਿਸ ਕਰਨੀ ਆ, ਤੁਸੀਂ ਜਿਹੜੇ DPE ਦਾ ਐਗਜ਼ਾਮ ਹੋਇਆ 168 ਪੋਸਟਾਂ ਆਈਆਂ ਸੀਗੀਆਂ, ਉਹ 873 ਪੋਸਟਾਂ ਆਈਆਂ ਸੀ, ਉਹ ਐਗਜ਼ਾਮ ਜਿਹੜਾ ਹੋਇਆ, ਦੈਨ ਮੈਰੀਟੋਰੀਅਸ ਦਾ ਜਿਹੜਾ ਐਗਜ਼ਾਮ ਹੋਇਆ, ਉਹਨਾਂ ਦੀ ਐਨਾਲਿਸਿਸ ਕਰੋ। ਠੀਕ ਹੈ ਜੀ। ਉਸ ਤੋਂ ਬਾਅਦ ਬਾਕੀ ਜੇ ਆਪਾਂ ਗੱਲ ਕੀਤੀ ਜਾਵੇ ਰਾਜਸਥਾਨ ਦਾ PTA ਦਾ ਐਗਜ਼ਾਮ ਹੈਗਾ, ਉਹਦੀ ਐਨਾਲਿਸਿਸ ਕਰੋ। ਹੁਣੇ ਹਰਿਆਣਾ ਦੇ ਵਿੱਚ ਐਗਜ਼ਾਮ ਹੋਏ, ਉਹਨਾਂ ਦੀ ਐਨਾਲਿਸਿਸ ਕਰੋ। KVS ਦੇ ਐਗਜ਼ਾਮ ਹੁੰਦੇ ਆ, NVS ਦੇ ਐਗਜ਼ਾਮ ਹੁੰਦੇ ਆ, ਜਾਂ ਹੋਰ ਅਦਰ ਸਟੇਟਸ ਦੇ ਜਿੰਨੇ ਵੀ ਐਗਜ਼ਾਮਸ ਹੈਗੇ, ਉਹਨਾਂ ਦੀ ਐਨਾਲਿਸਿਸ ਕਰਨੀ ਜ਼ਰੂਰੀ ਹੈ। ਸੋ ਉੱਤੋਂ ਕੀ ਕਰ ਸਕਦੇ ਹਾਂ, ਐਨਾਲਿਸਿਸ ਕਰਨ ਤੋਂ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ ਕਿਹੜੇ ਮੋਡਿਊਲ ਦੇ ਵਿੱਚੋਂ ਕਿੰਨੇ ਕੁਐਸਚਨਸ ਪੁੱਛੇ ਜਾਂਦੇ ਨੇ, ਮਤਲਬ ਕਿ ਕੁਐਸਚਨਸ ਦੀ ਫ੍ਰੀਕੁਐਂਸੀ ਕੀ ਆ। ਉਹ ਤੋਂ ਸਾਨੂੰ ਪਤਾ ਲੱਗੇ ਕਿਹੜਾ ਮੋਡਿਊਲ ਆਪਾਂ ਜ਼ਿਆਦਾ ਪੜ੍ਹਨਾ, ਹਰ ਬੰਦੇ ਨੂੰ ਪਤਾ ਪਾਰਟ ਕਿਹੜਾ ਪਾਰਟ ਹੈ ਨਾ, ਕਿਹੜਾ ਮਤਲਬ ਲਾਈਕ ਤੁਸੀਂ ਐਨਾਟਮੀ ਫਿਜ਼ੀਓਲੋਜੀ ਜ਼ਿਆਦਾ ਪੜ੍ਹਨੀ ਆ, ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਜ਼ਿਆਦਾ ਪੜ੍ਹਨਾ ਹੈ, ਗੇਮਸ ਐਂਡ ਸਪੋਰਟਸ ਜ਼ਿਆਦਾ ਪੜ੍ਹਨੇ ਹੈਗੇ ਆ, ਜਾਂ ਤੁਸੀਂ ਹੈਲਥ ਐਜੂਕੇਸ਼ਨ ਜ਼ਿਆਦਾ ਪੜ੍ਹਨਾ। ਸੋ ਕਿਹੜੇ ਮੋਡਿਊਲ 'ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ? ਸਰ ਇਹ ਜੋ ਤੁਸੀਂ ਇਹ ਕਿਹਾ ਹੈ ਕਿ ਐਨਾਲਿਸਿਸ ਕਰਨ, ਮੈਂ ਇਹ ਕਹਿ ਰਿਹਾ ਕਿ ਇਹ ਐਨਾਲਿਸਿਸ ਕਰਨਗੇ ਜਾਂ ਤੁਸੀਂ ਕਰਕੇ ਇਹਨਾਂ ਦੀ ਹੈਲਪ ਕਰੋਗੇ? ਬਿਲਕੁਲ। ਅਸੀਂ ਹਰ ਜਿੰਨੇ ਵੀ ਪੇਪਰ ਹੋਏ ਆ ਰੀਸੈਂਟਲੀ, DPE ਦਾ ਪੇਪਰ ਹੋਇਆ ਜੀ, PTI ਰਾਜਸਥਾਨ ਦਾ ਹੋਇਆ, ਹਰਿਆਣਾ ਦਾ ਹੋਇਆ, ਹੈ ਨਾ, ਤੇ ਉਹਨਾਂ ਦੀ ਆਪਾਂ ਡਿਟੇਲਡ ਵੀਡੀਓ ਜਿਹੜੀ ਹੈਗੀ ਆ ਉਹ ਆਪਣੀ YouTube ਪਲੇਟਫਾਰਮ ਲਰਨ ਟੂ ਐਕਚੁਅਲ ਦੇ ਉੱਤੇ ਅਪਲੋਡ ਕਰਨ ਜਾ ਰਹੇ ਹਾਂ ਬਹੁਤ ਜਲਦੀ। ਹਰ ਇਗਜ਼ਾਮ ਦਾ ਆਪਾਂ ਸਟੈਟਿਸਟੀਕਲੀ ਪੂਰਾ ਐਨਾਲਿਸਿਸ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਹਦੇ 'ਤੇ ਤੁਹਾਨੂੰ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ। ਠੀਕ ਹੈ ਜੀ। ਸੋ ਐਨਾਲਿਸਿਸ ਬਹੁਤ ਜ਼ਰੂਰੀ ਹੈ। ਕੋਈ ਵੀ ਪੇਪਰ ਦੀ ਤੁਸੀਂ ਪ੍ਰਿਪਰੇਸ਼ਨ ਕਰ ਰਹੇ ਹੋ, ਸਭ ਤੋਂ ਪਹਿਲਾ ਪ੍ਰਿੰਸੀਪਲ ਹੈ ਕਿ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਨੇ, ਪ੍ਰੀਵੀਅਸ ਈਅਰਸ ਜਿਹੜੇ ਐਗਜ਼ਾਮ ਹੋਏ ਉਹਨਾਂ ਦੀ ਐਨਾਲਿਸਿਸ ਕੀਤੀ ਜਾਵੇ ਸਾਨੂੰ। ਪਰ ਉਹ ਤਾਂ ਬਾਕੀ ਸਟੇਟ ਵਿੱਚ ਜਾਣਾ ਪਏਗਾ ਨਾ, ਇਹ ਨਹੀਂ ਜ਼ਿਆਦਾ ਅੱਛਾ, ਇਹ ਨਹੀਂ ਹੈ ਕਿ ਅਸੀਂ ਪੰਜਾਬ ਵਾਲੇ ਜਿਹੜੇ ਹੈਗੇ ਆ, DPE ਜਿਹੜੇ ਹੈਗੇ, DPE ਦੇ 2873 ਜੀ ਮੈਰੀਟੋਰੀਅਸ ਦਾ ਹੋਇਆ ਸੀਗਾ, ਤੇ DPE ਜਿਸ ਦਾ ਐਗਜ਼ਾਮ ਤੁਸੀਂ ਸ਼ਾਇਦ ਮੈਂ ਦਿੱਤਾ ਸੀਗਾ, ਤੇ ਉਹਦੀ ਐਨਾਲਿਸਿਸ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਬਹੁਤ ਜਲਦੀ, ਤੇ ਉਹਦੀ ਪੂਰੀ ਐਨਾਲਿਸਿਸ ਤੁਹਾਡੇ ਸਾਹਮਣੇ ਰੱਖਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਤੇ ਜ਼ਿਆਦਾ ਫੋਕਸ ਕਰਨਾ ਹੈਗਾ। ਸੋ ਪਹਿਲਾ ਤਰੀਕਾ ਹੈ ਕਿ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਐਨਾਲਿਸਿਸ ਕਰਕੇ, ਠੀਕ ਹੈ, ਕਿ ਆਪਣੀ ਇੱਕ ਰਣਨੀਤੀ ਤਿਆਰ ਕਰੀਏ ਕਿ ਕਿਹੜੀ ਚੀਜ਼ 'ਤੇ ਜ਼ਿਆਦਾ ਫੋਕਸ ਕਰਨਾ, ਕਿਹੜੀ ਚੀਜ਼ 'ਤੇ ਘੱਟ ਫੋਕਸ ਕਰਨਾ, ਜਿਹੜੀ ਚੀਜ਼ ਤੁਹਾਨੂੰ ਆਉਂਦੀ ਹੈ, ਠੀਕ ਹੈ, ਉਹਨੂੰ ਆਪਾਂ ਮੇਨਟੇਨ ਕਰਕੇ ਚੱਲਣਾ ਹੈਗਾ। ਗੁੱਡ। ਠੀਕ ਹੈ। ਜਿਹੜੀ ਤੁਹਾਡੀ ਤਾਕਤ ਆ ਅਤੇ ਜਿਹੜੀ ਤੁਹਾਡੀ ਕਮਜ਼ੋਰੀ ਆ ਉਸ 'ਤੇ ਤੁਹਾਨੂੰ ਕੰਮ ਕਰਨਾ। ਸੋ ਇਹ ਮੈਂ ਇੱਕ ਸਕਸੈਸ ਮੰਤਰਾ ਤੁਹਾਨੂੰ ਦੱਸ ਰਿਹਾ, ਮੇਰਾ ਐਕਸਪੀਰੀਅੰਸ ਹੈਗਾ। ਸੋ ਮੈਂ ਇੱਦਾਂ ਹੀ ਪ੍ਰਿਪੇਅਰ ਕਰਦਾ। ਉਸ ਤੋਂ ਦੂਸਰੀ ਚੀਜ਼ ਹੈਗੀ ਸਿਲੇਬਸ। ਸਿਲੇਬਸ ਹੁਣ ਸਾਡੇ ਕੋਲ ਹੈ ਨਹੀਂ ਇਸ ਟਾਈਮ, ਬਟ ਮੈਂ ਕਿਵੇਂ ਪਹਿਲੇ ਜਿਹੜਾ ਸਾਡੀ ਇੰਟਰੋਡਕਸ਼ਨ ਵੀਡੀਓ ਸੀ ਉਹਦੇ ਵਿੱਚ ਦੱਸਿਆ ਸੀਗਾ ਕਿ ਜਿਹੜਾ DPE ਦਾ ਸਿਲੇਬਸ ਆ ਅਤੇ ਪਲੱਸ ਜਿਹੜਾ PTET ਦਾ ਸਿਲੇਬਸ ਹੈਗਾ,
ਇਹ ਦੋਵਾਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਉਹਦੇ ਨੇੜੇ ਤੇੜੇ ਜਿਹੜਾ ਪੀ ਟੀ ਆਈ ਦਾ ਸਿਲੇਬਸ ਆ ਉਹ ਹੋਣ ਵਾਲਾ ਹੈ। ਸੋ DPE ਜਿਹੜਾ 168 ਪੋਸਟਾਂ ਸੀਗੀਆਂ ਉਹਦਾ ਸਿਲੇਬਸ ਆਪਾਂ ਸਰ ਮੈਂ ਪਹਿਲਾਂ ਇੱਕ ਕੁਐਸਚਨ ਪੁੱਛਾਂਗਾ ਤੇ ਫਰਕ ਕੀ ਹੈ DPE ਤੇ ਪੀ ਟੀ ਆਈ ਦੀ ਪੋਸਟਾਂ 'ਚ? ਪੀ ਟੀ ਆਈ ਸਰ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਹੁੰਦਾ, ਜਿੱਦਾਂ ਆਪਾਂ ਗੱਲ ਕਰੀਏ ਪਹਿਲੀ ਤੋਂ ਪੰਜਵੀਂ ਕਲਾਸ ਤੱਕ, ਠੀਕ ਹੈ, ਤੇ ਉਸ ਤੋਂ ਬਾਅਦ ਜਿਹੜਾ DPE ਆ ਛੇਵੀਂ ਤੋਂ ਅੱਠਵੀਂ ਛੇਵੀਂ ਤੋਂ ਦਸਵੀਂ ਤੱਕ ਜਿਹੜਾ ਹੁੰਦਾ ਸਾਡਾ ਸੈਕੰਡਰੀ ਲੈਵਲ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹ ਸਿਲੇਬਸ ਅਸੀਂ ਦੇਖਾਂਗੇ ਉਹ PTI ਦਾ ਸਿਲੇਬਸ ਪ੍ਰੋਬੇਬਲੀ ਥੋੜਾ ਥੋੜਾ ਜਿਹਾ ਘੱਟ ਹੋਏਗਾ, ਥੋੜਾ ਜਿਹਾ ਉਹਦਾ ਲੈਵਲ, ਐਗਜ਼ਾਮ ਦਾ ਲੈਵਲ ਵੀ ਅਸੀਂ ਜ਼ਿਆਦਾ ਪੜ੍ਹ ਕੇ ਫਾਇਦਾ ਲੈਵਲ ਵੀ DPE ਦੇ ਮੁਕਾਬਲੇ ਥੋੜਾ ਜਿਹਾ ਹਲਕਾ ਲੈਵਲ ਹੋਏਗਾ। ਜਿਹੜੇ DPE ਦਾ ਐਗਜ਼ਾਮ ਹੋਇਆ ਸੀ ਇਹਦਾ ਲੈਵਲ ਵੀ ਬਹੁਤ ਜ਼ਿਆਦਾ ਹਲਕਾ ਸੀਗਾ। ਸਰ ਨੇ ਖੁਦ ਕਿਉਂ ਦਿੱਤਾ ਸੀਗਾ 9th ਪੋਜੀਸ਼ਨ ਇਹਨਾਂ ਦੀ ਰਹੀ ਹੈ? ਬਹੁਤ ਜ਼ਿਆਦਾ ਹਲਕਾ ਲੈਵਲ ਸੀਗਾ ਤੇ ਮਤਲਬ ਕੁਛ ਇੱਦਾਂ ਲੱਗਿਆ ਨਹੀਂ ਕਿ ਹਾਂ ਪੇਪਰ ਹੈਗਾ। ਈਵਨ ਮੈਂ ਬਾਹੂਬਲੀ ਨੂੰ ਨਹੀਂ ਲੱਗਦਾ ਹੋਏਗਾ ਵੈਸੇ। ਨਹੀਂ ਸਰ ਫਿਰ ਵੀ ਕਨਸੈਪਚੁਅਲ ਕੁਐਸਚਨ ਜ਼ਿਆਦਾ ਪੁੱਛਣੇ ਚਾਹੀਦੇ ਆ ਐਜ਼ ਕੰਪੇਅਰ ਟੂ ਫੈਕਚੁਅਲ। ਉਹ ਫੈਕਚੁਅਲ ਤਾਂ ਹਰ ਬੰਦਾ ਰੱਟਾ ਮਾਰ ਲੈਂਦਾ ਕਿ ਮੈਮਰੀ ਲੈਵਲ ਤੇ ਕੁਐਸਚਨ ਆ ਕਿ ਅੱਛਾ ਜੀ ਦੱਸੋ, ਜਿੱਦਾਂ ਮੈਂ ਗੱਲ ਕੀਤੀ ਸੀ ਕਿ ਫੁੱਟਬਾਲ ਦੀ ਜਿਹੜਾ ਗੋਲ ਪੋਸਟ ਨੇ ਉਹਨਾਂ ਦੀ ਵਿਡਥ ਕਿੰਨੀ, ਹਰ ਬੰਦਾ ਰੱਟਾ ਮਾਰ ਸਕਦਾ, ਠੀਕ ਹੈ ਜੀ। ਬਟ ਜਦੋਂ ਕਨਸੈਪਚੁਅਲ ਆ ਚੀਜ਼ਾਂ ਜਿਹੜੇ ਲਾਜ ਹੈਗੇ ਆ, ਹੈ ਨਾ, ਕਿੱਦਾਂ ਐਕਸਰਸਾਈਜ਼ ਫਿਜ਼ੀਓਲੋਜੀ ਹੋ ਗਈ ਸਾਡੀ, ਜਾਂ ਆਪਾਂ ਗੱਲ ਕਰੀਏ ਸਪੋਰਟਸ ਟ੍ਰੇਨਿੰਗ ਹੋ ਗਈ, ਠੀਕ ਹੈ ਜੀ, ਗਰੋਥ ਐਂਡ ਡਿਵੈਲਪਮੈਂਟ ਹੋ ਗਿਆ। ਸੋ ਇਹ ਕੀ ਆ ਕੁਛ ਫੈਕਚੁਅਲ ਚੀਜ਼ਾਂ ਨੇ, ਫੈਕਚੁਅਲ ਸੋਰੀ ਕਨਸੈਪਚੁਅਲ ਚੀਜ਼ਾਂ ਨੇ, ਤੇ ਉਹ ਚੀਜ਼ਾਂ ਜ਼ਿਆਦਾ ਪੁੱਛਣੀਆਂ ਚਾਹੀਦੀਆਂ। ਠੀਕ, ਚਲੋ ਸਿਲੇਬਸ, ਹਾਂਜੀ ਗੱਲ ਕਰਦੇ ਹਾਂ DPE ਸਿਲੇਬਸ। ਸੋ ਇਹਦੇ ਵਿੱਚ ਪਹਿਲਾ ਪਾਰਟ ਜਿਹੜਾ ਹੈਗਾ ਦੈਟ ਇਜ਼ ਹਿਸਟਰੀ ਐਂਡ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ। ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ 'ਚ ਕੀ ਪੁੱਛਿਆ ਜਾਂਦਾ, ਫਿਜ਼ੀਕਲ ਐਜੂਕੇਸ਼ਨ ਦੀ ਕੀ ਇੰਪੋਰਟੈਂਸ ਹੈਗੀ ਆ, ਫਿਜ਼ੀਕਲ ਐਜੂਕੇਸ਼ਨ ਦਾ ਇੰਡੀਆ ਦੇ ਵਿੱਚ ਪ੍ਰੀ ਇੰਡੀਪੈਂਡੈਂਸ ਅਤੇ ਪੋਸਟ ਇੰਡੀਪੈਂਡੈਂਸ ਕੀ ਰਿਹਾ, ਫਿਜ਼ੀਕਲ ਐਜੂਕੇਸ਼ਨ ਦਾ ਵਰਲਡ ਲੈਵਲ 'ਤੇ ਕੀ ਚੱਲਿਆ, ਠੀਕ ਹੈ, ਲਾਈਕ ਉਹਦੇ ਵਿੱਚ ਗ੍ਰੀਸ ਬਾਰੇ ਪੁੱਛ ਲਿਆ ਜਾਂਦਾ, ਠੀਕ ਹੈ ਜੀ। ਤੁਹਾਨੂੰ ਲੱਗਦਾ ਇਹ ਰਿਟੇਨ ਰਹੇਗਾ PTI 'ਚ? ਬਿਲਕੁਲ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਤੇ ਇਹ ਜਿਹੜਾ ਮੋਡਿਊਲ ਆ ਇਹ ਮੈਮਰੀ ਲੈਵਲ ਤੇ ਮੋਡਿਊਲ ਹੈਗਾ, ਠੀਕ ਠੀਕ ਹੈ ਜੀ। ਮਤਲਬ ਇਹਦੇ ਵਿੱਚ ਹਿਸਟਰੀ ਨੂੰ ਤੁਸੀਂ ਮਾਈਂਡ ਮੈਪਿੰਗ ਕਰਕੇ ਤੁਸੀਂ ਇਸ ਤੋਂ ਸ਼ੁਰੂਆਤ ਕਰੋਗੇ। ਬਿਲਕੁਲ, ਹਿਸਟਰੀ ਤੋਂ ਆਪਾਂ ਸ਼ੁਰੂਆਤ ਕਰਾਂਗੇ। ਹਿਸਟਰੀ ਦੇ ਵਿੱਚ ਦੇਖੋ ਕਈ ਚੀਜ਼ਾਂ ਆ ਜਾਂਦੀਆਂ, ਆਰਗਨਾਈਜੇਸ਼ਨਸ ਵੀ ਆ ਜਾਂਦੀਆਂ ਇਹਦੇ ਵਿੱਚ ਸਾਡੀਆਂ, ਜਿੱਦਾਂ NSNIS ਹੈਗਾ, ਸਪੋਰਟਸ ਅਥਾਰਟੀ ਆਫ ਇੰਡੀਆ ਆ, ਖੇਲੋ ਇੰਡੀਆ ਆ, ਠੀਕ ਹੈ ਜੀ। ਜੋ ਜੋ ਚੀਜ਼ਾਂ ਜੋ ਸਰਕਾਰ ਦੀਆਂ ਪਾਲਿਸੀਆਂ ਸਪੋਰਟਸ ਦੇ ਲੈ ਕੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਂਦੀਆਂ। ਵੈਰੀ ਗੁੱਡ, ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਤੇ ਇਹਨੂੰ ਤੁਸੀਂ ਸਟਾਰ ਮਾਰਕ ਕਰ ਲਓ, ਹਿਸਟਰੀ ਐਂਡ ਪ੍ਰਿੰਸੀਪਲ ਆਫ ਫਿਜ਼ੀਕਲ ਐਜੂਕੇਸ਼ਨ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਨੈਕਸਟ ਅਗੇਨ ਹਿਸਟਰੀ ਦਾ ਹੀ ਹੈਗਾ, ਡੈਫੀਨੇਸ਼ਨ ਮੀਨਿੰਗ ਪਰਪਸ, ਠੀਕ ਹੈ, ਡਿਵੈਲਪਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਇਨ ਇੰਡੀਆ, ਠੀਕ ਹੈ ਜੀ, ਪ੍ਰੀ ਐਂਡ ਪੋਸਟ ਇੰਡੀਪੈਂਡੈਂਸ। ਹਾਂਜੀ, ਜਿਹੜੀ ਗੱਲ ਕੀਤੀ ਹੈ ਸਬਟਾਈਟਲ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਸਰ ਸਾਡੇ ਕੋਲ ਇੰਪੋਰਟੈਂਸ ਆਫ ਫਿਜ਼ੀਕਲ ਐਜੂਕੇਸ਼ਨ ਮਾਡਰਨ ਐਰਾ। ਹਾਂ, ਜੋ ਅੱਜ ਦਾ ਐਰਾ ਹੈ ਉਹਦਾ ਫਿਜ਼ੀਕਲ ਐਜੂਕੇਸ਼ਨ ਦੀ ਕੀ ਇੰਪੋਰਟੈਂਸ ਹੈਗੀ ਆ, ਠੀਕ ਹੈ, ਬਟ ਇੰਨੇ ਕੁਐਸਚਨਸ ਇਹਦੇ ਵਿੱਚੋਂ ਨਹੀਂ ਬਣਨਗੇ। ਅੱਛਾ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੋਸਟ ਇੰਪੋਰਟੈਂਟ ਸਟਰਕਚਰ ਐਂਡ ਫੰਕਸ਼ਨ ਆਫ ਦਾ ਹਿਊਮਨ ਬਾਡੀ, ਮਤਲਬ ਐਨਾਟਮੀ ਐਂਡ ਫਿਜ਼ੀਓਲੋਜੀ। ਤੇ ਇਹਦੇ ਵਿੱਚ ਬਹੁਤ ਸਾਰੇ ਬੱਚੇ ਮਤਲਬ ਕਿ ਮਾਰ ਖਾਂਦੇ ਨੇ। ਗੁੱਡ, ਠੀਕ ਹੈ ਜੀ, ਕਿਉਂਕਿ ਕਿਉਂ ਹੈ, ਕਿਉਂਕਿ ਇਹ ਥੋੜਾ ਮਤਲਬ ਇਹਦੇ ਵਿੱਚ ਸਾਇੰਸ ਆ ਜਾਂਦੀ ਹੈ ਨਾ, ਲਾਈਫ ਸਾਇੰਸਿਸ ਆ ਜਾਂਦੀਆਂ। ਮੈਂ ਇੰਟਰਪਟ ਕਰਨਾ ਚਾਹਾਂਗਾ ਸਰ ਦੀਆਂ, ਜੇ ਪਿਛਲੀਆਂ ਵੀਡੀਓ ਤੁਸੀਂ ਦੇਖੋ ਇਹ ਇਸ ਤਰ੍ਹਾਂ ਐਨੀਮੇਸ਼ਨ ਨਾਲ, ਐਡੀਸ਼ਨਲ ਵੀਡੀਓ ਨਾਲ, ਗ੍ਰਾਫਿਕਸ ਨਾਲ ਇਹਨਾਂ ਨੇ ਇੰਨਾ ਇੰਟਰਸਟਿੰਗ ਕਰਤਾ ਹੈ ਕਿ ਡੋਪਾਮਾਈਨ ਰਿਲੀਜ਼ ਹੁੰਦਾ ਹੈ, ਅੱਛਾ ਲੱਗਦਾ ਹੈ, ਪਲੇਅਰ ਮਿਲਦਾ ਹੈ, ਉਹ ਮੈਮਰੀ ਨੂੰ, ਮੂਡ ਨੂੰ ਔਰ ਤੁਹਾਡੀ ਲਰਨਿੰਗ ਨੂੰ ਬੈਟਰ ਕਰਦਾ ਹੈ। ਸੋ ਉਹ ਵੀਡੀਓ ਤੁਹਾਡੇ ਇਸ ਔਖੇ ਟੌਪਿਕ ਨੂੰ ਸੌਖਾ ਕਰਨ 'ਚ, ਇੰਟਰਸਟਿੰਗ ਕਰਨ 'ਚ ਹੈਲਪ ਕਰੇਗੀ। ਥੈਂਕ ਯੂ ਸਰ, ਨੈਕਸਟ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਨਾਟਮੀ ਐਂਡ ਫਿਜ਼ੀਓਲੋਜੀ ਇਹਨੂੰ ਬੋਲਦੇ ਹਾਂ ਆਪਾਂ। ਸੋ ਇਹਦੇ ਵਿੱਚ ਸਭ ਤੋਂ ਜੇ ਮੈਂ ਮੈਜੋਰਿਟੀ ਲੈਵਲ 'ਤੇ ਗੱਲ ਕਰਾਂ, ਇਹਦੇ ਵਿੱਚ ਵੀ ਮਤਲਬ ਸਬ ਡੋਮੇਨਸ ਹੈਗੇ ਨੇ ਜੀ, ਕਿਹੜੇ ਜ਼ਰੂਰੀ ਨੇ ਤੁਹਾਡੇ ਵਿੱਚ। ਸਭ ਤੋਂ ਜ਼ਿਆਦਾ ਮੈਂ ਕਹੂੰਗਾ ਕਿ ਤੁਹਾਡਾ ਮਸਕੂਲਰ ਸਿਸਟਮ ਹੋ ਗਿਆ, ਸਕੈਲੇਟਲ ਸਿਸਟਮ ਹੋ ਗਿਆ, ਕਾਰਡੀਓਵੈਸਕੂਲਰ ਸਿਸਟਮ ਹੋ ਗਿਆ, ਐਂਡ ਉਸ ਤੋਂ ਬਾਅਦ ਤੁਹਾਡਾ ਰੈਸਪੀਰੇਟਰ ਸਿਸਟਮ ਹੋ ਗਿਆ, ਦੈਨ ਨਰਵਸ ਸਿਸਟਮ ਹੋ ਗਿਆ। ਇਹ ਪੰਜ ਸਿਸਟਮ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡਾਈਜੈਸਟਿਵ ਸਿਸਟਮ,
ਸੋ ਫਿਜ਼ੀਕਲ ਐਜੂਕੇਸ਼ਨ ਦੇ ਆਪਾਂ ਸਪੋਰਟਸ ਸਾਇੰਸਿਸ ਦੀ ਗੱਲ ਕਰੀਏ 12 13 ਸਿਸਟਮ ਵੈਸੇ ਆ ਜਾਂਦੇ ਨੇ ਐਂਡੋਕ੍ਰਾਈਨ ਸਿਸਟਮ ਹੋ ਗਿਆ ਜੀ ਦੈਨ ਐਕਸਕ੍ਰੀਟਰੀ ਸਿਸਟਮ ਹੋ ਗਿਆ ਆਪਾਂ ਤਾਂ ਸਾਰੇ ਕਰਵਾਵਾਂਗੇ ਰੀਪ੍ਰੋਡਕਸ਼ਨ ਸਿਸਟਮ ਹੋ ਜੀ ਬਿਲਕੁਲ ਹਾਂ ਸੋ ਆਪਾਂ ਇਹਦੇ ਵਿੱਚੋਂ ਵੀ ਉਹ ਚੀਜ਼ਾਂ ਦਾ ਜ਼ਿਆਦਾ ਧਿਆਨ ਦੇਣਾ ਜਿਹੜੇ ਜ਼ਿਆਦਾ ਪੁੱਛੇ ਜਾਂਦੇ ਜ਼ਿਆਦਾ ਫ੍ਰੀਕੁਐਂਟਲੀ ਪੁੱਛੇ ਜਾਂਦੇ ਇਹਦੇ ਵਿੱਚੋਂ ਵੀ ਚੀਜ਼ਾਂ ਦੀ ਐਨਾਲਿਸਿਸ ਕਰਨੀ ਆ ਕਿ ਜੇ ਸਿਲੇਬਸ ਹੈਗਾ ਤੇ ਜੇ ਸਾਡੇ ਕੋਲ ਇਸ ਐਨਾਟਮੀ ਫਿਜ਼ੀਓਲੋਜੀ ਚ 12 13 ਸਿਸਟਮ ਹੈਗੇ ਆ ਨਾ ਤੇ ਉਹਦੇ ਵਿੱਚੋਂ ਕੋਰ ਸਿਸਟਮ ਕਿਹੜੇ ਹੈਗੇ ਆ ਠੀਕ ਹੈ ਜੀ ਠੀਕ ਕਿਹੜਾ ਕੁਐਸਚਨ ਜ਼ਿਆਦਾ ਪੁੱਛਿਆ ਜਾਂਦੇ ਨੇ ਸੋ ਇਹ ਆ ਗਿਆ ਬਲੱਡ ਐਂਡ ਬਲੱਡ ਸਰਕੂਲੇਟ ਠੀਕ ਹੈ ਜੀ ਗੁੱਡ ਦੈਨ ਆ ਗਿਆ ਸਾਡੇ ਕੋਲ ਮਸਕੂਲਰ ਸਿਸਟਮ ਦੈਨ ਐਕਸਕ੍ਰੀਟਰੀ ਦੈਨ ਨਰਵਸ ਸਿਸਟਮ ਆ ਗਿਆ ਸਰ ਸਾਡੇ ਕੋਲ ਰੈਸਪੀਰੇਟਰੀ ਸਿਸਟਮ ਆ ਗਿਆ ਡਾਈਜੈਸਟਿਵ ਸਿਸਟਮ ਆ ਗਿਆ ਜੀ ਦੈਨ ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਮੋਡਿਊਲ ਹੈਗਾ ਸਾਈਕੋਲੋਜੀ ਇਨ ਫਿਜ਼ੀਕਲ ਐਜੂਕੇਸ਼ਨ ਓਕੇ ਇਹ ਸਰ ਕਿਵੇਂ ਇਹ ਸਰ ਤੁਹਾਡਾ ਮੋਡਿਊਲ ਸੋ ਸਾਈਕੋਲੋਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਇਹਦੇ ਵਿੱਚ ਲਾਈਕ ਪਰਸਨੈਲਿਟੀ ਕੀ ਹੈ ਮੋਟੀਵੇਸ਼ਨ ਕੀ ਹੈ ਦੈਨ ਇਹਦੇ ਵਿੱਚ ਹੀ ਮਤਲਬ ਚਾਈਲਡ ਸਾਈਕੋਲੋਜੀ ਬਾਰੇ ਪੁੱਛਿਆ ਜਾਂਦਾ ਜੋ ਥਿਊਰੀਜ਼ ਹੈਗੀਆਂ ਸੀਡੀਪੀ ਜਿਹਨੂੰ ਆਪਾਂ ਬੋਲਦੇ ਹਾਂ ਕਿਉਂਕਿ ਆਉਣਗੀਆਂ ਕਿ ਐਲੀਮੈਂਟਰੀ ਲੈਵਲ ਤੇ ਜਿਹੜਾ ਪੀਟੀਆਈ ਦਾ ਲੈਵਲ ਆ ਸੋ ਸੀਡੀਪੀ ਬਹੁਤ ਜ਼ਿਆਦਾ ਪੁੱਛੀ ਜਾ ਸਕਦੀ ਹੈ ਸੋ ਉਸ ਤੋਂ ਬਾਅਦ ਪਰਸਨੈਲਿਟੀ ਕੀ ਹੈ ਮੋਟੀਵੇਸ਼ਨ ਕੀ ਹੈ ਐਨਜਾਇਟੀ ਕੀ ਹੈ ਸਾਡਾ ਐਗਰੈਸ਼ਨ ਕੀ ਹੈਗਾ ਆ ਦੈਨ ਗਰੁੱਪ ਡਾਇਨਾਮਿਕਸ ਕੀ ਹੈਗੇ ਨੇ ਸੋ ਲਰਨਿੰਗ ਥਿਊਰੀਜ਼ ਵਗੈਰਾ ਲਰਨਿੰਗ ਥਿਊਰੀਜ਼ ਨਹੀਂ ਆ ਖਾਸ ਤੌਰ ਤੇ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਨੇ ਟੀਚਰ ਬਣਨਾ ਹੈ ਲਰਨਿੰਗ ਦੀ ਥਿਊਰੀ ਪਤਾ ਹੋਵੇਗੀ ਥਿਊਰੀਜ਼ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਥਿਊਰੀਜ਼ ਹੈਗੀਆਂ ਪਾਵਲੋਵ ਹੈ ਕਲਾਸਿਕਲ ਕੰਡੀਸ਼ਨਿੰਗ ਹੈ ਸਕਿਨਰ ਹੈ ਹਲ ਹੈ ਸਾਰਾ ਕੁਝ ਇਹਦੇ ਵਿੱਚ ਪੁੱਛਿਆ ਜਾਏਗਾ ਸੋ ਸਾਈਕੋਲੋਜੀ ਸੋ ਇੱਥੇ ਮੈਨੂੰ ਬੜੀ ਸਾਈਕੋਲੋਜੀ ਜਦੋਂ ਪੜ੍ਹਦਾ ਹਾਂ ਇੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਇੱਥੇ ਮੈਨੂੰ ਮੌਕਾ ਮਿਲਣਾ ਹੈ ਕਿ ਉਹ 20 ਸਾਲਾਂ ਦੀ ਇੰਨਾ ਲਰਨ ਕੀਤਾ ਹੈ ਸੋ ਤੁਹਾਡੇ ਨਾਲ ਬੜੀ ਮਜ਼ਾ ਆਏਗਾ ਸ਼ੇਅਰ ਕਰਨ 'ਚ ਹਾਂਜੀ ਸਰ ਪਲੀਜ਼ ਸੋ ਨੈਕਸਟ ਸਾਡੇ ਕੋਲ ਹੈਗਾ ਹੈਲਥ ਸਾਇੰਸ ਹੈਲਥ ਸਾਇੰਸ ਦੇ ਵਿੱਚ ਜਿਹਨੂੰ ਆਪਾਂ ਹੈਲਥ ਐਜੂਕੇਸ਼ਨ ਵੀ ਬੋਲ ਦਿੰਦੇ ਹਾਂ ਹੈਲਥ ਐਜੂਕੇਸ਼ਨ ਦੇ ਵਿੱਚ ਸਾਡਾ ਜਿੱਦਾਂ ਕਮਿਊਨਿਟੀ ਹੈਲਥ ਪ੍ਰੋਗਰਾਮ ਹੋ ਗਿਆ ਹਨਾ ਜੀ ਦੈਨ ਮਿਡ ਡੇ ਮੀਲ ਹੋ ਗਿਆ ਓਕੇ ਇਹ ਤਾਂ ਸਾਡਾ ਪਾਰਟ ਆ ਗਿਆ ਫਿਰ ਐਜੂਕੇਸ਼ਨ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਪੁੱਛ ਲੈਂਦੇ ਆ ਕਿ ਕੋਈ ਡਿਸੀਜ਼ਸ ਨੇ ਸਾਡੇ ਕੋਲੇ ਹਨਾ ਲਾਈਕ ਇੱਕ ਹੁੰਦੀਆਂ ਸਾਡੇ ਕੋਲੇ ਵਾਇਰਲ ਡਿਸੀਜ਼ਸ ਬੈਕਟੀਰੀਅਲ ਡਿਸੀਜ਼ਸ ਜੀ 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 ਠੀਕ ਹੈ ਜੀ ਤੇ ਉਹਨਾਂ ਦਾ ਵਾਇਰਸ ਪੁੱਛ ਲੈਣਗੇ ਤੁਹਾਡੇ ਕੋਲ ਮੰਨ ਲਓ ਟੀਬੀ ਆ ਉਹਦਾ ਕਿਹੜਾ ਬੈਕਟੀਰੀਆ ਟੀਬੀ ਕਿਹੜੇ ਬੈਕਟੀਰੀਆ ਤੋਂ ਹੁੰਦੀ ਆ ਉਹਦੇ ਵਿੱਚ ਕੀ ਸਾਈਨਸ ਐਂਡ ਸਿੰਪਟਮਸ ਹੁੰਦੇ ਆ ਸੋ ਇਦਾਂ ਦਾ ਇਹਦੇ ਵਿੱਚ ਹੈਲਥ ਐਜੂਕੇਸ਼ਨ ਤੇ ਮੇਰੇ ਖਿਆਲ ਵਿੱਚ ਇਹਦੇ ਵਿੱਚ ਸਾਇੰਸ ਵਾਲਾ ਪਾਰਟ ਜ਼ਿਆਦਾ ਦਿਖਾਈ ਨਹੀਂ ਦਿੰਦਾ ਜਿਹੜਾ ਇਹਨੂੰ ਔਖਾ ਕਰੇਗਾ ਕਿ ਨਹੀਂ ਸਰ ਇਹਦੇ ਵਿੱਚ ਇੰਨਾ ਉਹ ਸਾਇੰਸ ਵਾਲਾ ਪਾਰਟ ਨਹੀਂ ਪੁੱਛਦੇ ਸਿਰਫ ਬੇਸਿਕ ਪੁੱਛਦੇ ਆ ਕਿ ਤੁਹਾਡਾ ਜਿਹੜਾ ਡਿਸੀਜ਼ ਆ ਉਹ ਕਿਹੜੇ ਵਾਇਰਸ ਕਿਹੜੇ ਬੈਕਟੀਰੀਆ ਤੋਂ ਹੁੰਦਾ ਠੀਕ ਹੈ ਜੀ ਮੈਮਰੀ ਲੈਵਲ ਦਾ ਬਿਲਕੁਲ ਇਹ ਵੀ ਮੈਮਰੀ ਲੈਵਲ ਦਾ ਮੈਂ ਤੇ ਗੱਲ ਕਰਾਂ ਮੈਂ ਸੋਚਿਆ ਸੀ ਥੋੜਾ ਡਰਾ ਦਿਆਂ ਸਰ ਨਹੀਂ ਨਹੀਂ ਸੋ ਇਹ ਵੀ ਮੈਮਰੀ ਲੈਵਲ ਦਾ ਹੋਏਗਾ ਤੇ ਉਸ ਤੋਂ ਬਾਅਦ ਬੈਲੈਂਸ ਡਾਈਟ ਆ ਜਾਏਗੀ ਜੀ ਓਬੀਸਿਟੀ ਆ ਜਾਏਗੀ ਵੈਰੀ ਗੁੱਡ ਠੀਕ ਹੈ ਜੀ ਇਹ ਤਾਂ ਸਰ ਲਾਈਫ ਲਈ ਵੈਸੇ ਇੰਟਰਸਟਿੰਗ ਟੌਪਿਕ ਨੇ ਓਕੇ ਦੈਨ ਇਹਦੇ ਵਿੱਚ ਮਤਲਬ ਇਹ ਆ ਜਾਏਗਾ ਤੁਹਾਨੂੰ ਉਸ ਤੋਂ ਬਾਅਦ ਕਮਿਊਨੀਕੇਬਲ ਨਾਨ ਕਮਿਊਨੀਕੇਬਲ ਡਿਸੀਜ਼ ਜਿਹੜਾ ਤੁਹਾਨੂੰ ਦੱਸਿਆ ਹਾਂਜੀ ਜੀ ਨੈਕਸਟ ਉਸ ਤੋਂ ਬਾਅਦ ਆਵੇ ਕਮਿਊਨੀਕੇਬਲ ਡਿਸੀਜ਼ ਹਾਂਜੀ ਹੋ ਗਈਆਂ ਪਰਸਨਲ ਹਾਈਜੀਨ ਵੀ ਆਏਗਾ ਇਹਦੇ ਵਿੱਚ ਸਰ ਇਹ ਤੁਸੀਂ ਕਿਉਂ ਬਣਾਈ ਹੈ ਤੁਸੀਂ ਇਸ ਤੋਂ ਬਿਨਾਂ ਹੀ ਸਾਰਾ ਕੁਝ ਇਹਦੇ ਵਿੱਚ ਪਰਸਨਲ ਹਾਈਜੀਨ ਵੀ ਆਏਗਾ ਸਰ ਠੀਕ ਹੈ ਕਿ ਆਪਾਂ ਪਰਸਨਲ ਹਾਈਜੀਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੇ ਪਰਸਨਲ ਆਪਾਂ ਹਾਈਜੀਨ ਨਹੀਂ ਕਰ ਰਹੇ ਤੇ ਬਿਮਾਰੀਆਂ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਸੋ ਪਰਸਨਲ ਹਾਈਜੀਨ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ ਦੇ ਏਮ ਨੂੰ ਵੀ ਅਚੀਵ ਨਹੀਂ ਕਰਦੇ ਦੈਨ ਡਿਵੈਲਪਮੈਂਟ ਐਂਡ ਗਰੋਥ ਆਫ ਦਾ ਬਾਡੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਨੇ ਹੈਲਥ ਦੇ ਰਿਲੇਟਡ ਕੰਮ ਕਰਦੀਆਂ ਨੇ ਉਹ ਤੁਹਾਨੂੰ ਪੁੱਛ ਲੇਗਾ ਡਬਲਯੂ ਐਚ ਓ ਦਾ ਆਫਿਸ ਹੈਡਕੁਆਰਟਰ ਕਿੱਥੇ ਨੇ ਅੱਛਾ ਜੀ ਹਾਂਜੀ ਮੈਮਰੀ ਲੈਵਲ ਦੇ
ਕੁਐਸਚਨ ਉਹ ਤੁਹਾਨੂੰ ਪੁੱਛ ਲੇਗਾ ਕਿ WHO ਦਾ ਮਤਲਬ ਮੋਟੋ ਕੀ ਹੈਗਾ। ਓਕੇ ਠੀਕ ਹੈ, ਏਮ ਪੁੱਛ ਲੇਗਾ ਤੁਹਾਨੂੰ। ਸੋ ਉਹ ਸੋ ਇਹਨਾਂ ਲਈ ਇਹਨਾਂ ਨੂੰ ਅਵੇਅਰ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਪੁੱਛਣਗੇ ਹੈਲਥ ਰਿਲੇਟਡ, ਫਿਜ਼ੀਕਲ ਫਿਟਨੈਸ ਕੰਪੋਨੈਂਟਸ ਪੁੱਛੇਗਾ। ਦੋ ਤਰੀਕੇ ਨੇ, ਸਪੋਰਟਸ ਰਿਲੇਟਡ ਹੁੰਦੇ, ਹੈਲਥ ਰਿਲੇਟਡ ਹੁੰਦੇ। ਸੋ ਹੈਲਥ ਐਜੂਕੇਸ਼ਨ ਦੇ ਵਿੱਚ ਆ ਜਾਏਗਾ, ਬੈਲੈਂਸ ਡਾਈਟ ਆ ਜਾਏਗੀ ਜੀ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਹੈਗਾ ਯੋਗਾ ਵਗੈਰਾ, ਸਰ ਇਹਦੇ 'ਚ ਆਏਗਾ? ਬਿਲਕੁਲ ਆਏ, ਅੱਗੇ ਆਏਗਾ, ਅੱਗੇ ਆਏਗਾ। ਉਸ ਤੋਂ ਬਾਅਦ ਫਸਟ ਏਡ ਆ ਜਾਏਗਾ, ਸਪੋਰਟਸ ਇੰਜਰੀਸ, ਮਤਲਬ ਸਪੋਰਟਸ ਮੈਡੀਸਨ ਦਾ ਪਾਰਟ ਆ। ਓਕੇ ਠੀਕ ਹੈ ਜੀ, ਆਪਾਂ ਮੰਨ ਲਓ ਫਸਟ ਏਡ ਕਿੱਦਾਂ ਦੇਣਾ ਹੈਗਾ, ਉਹਦੇ ਕੀ ਸਟੈਪਸ, ਕੀ ਪ੍ਰੋਸੀਜਰ ਹੈਗਾ। ਓਕੇ, ਫਸਟ ਏਡ ਆ ਜਾਏਗਾ, ਦੈਨ ਸਪੋਰਟਸ ਇੰਜਰੀਸ ਪੁੱਛ ਲੇਗਾ ਤੁਹਾਨੂੰ, ਸੋਫਟ ਟਿਸ਼ੂ ਇੰਜਰੀਸ, ਹਾਰਟ ਟਿਸ਼ੂ ਇੰਜਰੀਸ ਆ ਜਾਣਗੀਆਂ, ਹੈ ਨਾ। ਗੁੱਡ, ਤੇ ਉਹਦੇ ਵਿੱਚ ਆਪਾਂ ਕੀ ਮਤਲਬ ਉਹਨੂੰ ਪ੍ਰੀਵੈਂਸ਼ਨਸ ਕਰਨੀਆਂ ਨੇ, ਕਿੱਦਾਂ ਉਹਦਾ ਟ੍ਰੀਟਮੈਂਟ ਹੋਏਗਾ। ਗੁੱਡ, ਸੋ ਸੋਫਟ ਟਿਸ਼ੂ ਇੰਜਰੀਸ ਵਿੱਚ ਜਿੱਦਾਂ ਮਸਲਸ ਇੰਜਰੀਸ ਹੋ ਗਈ, ਲਿਗਾਮੈਂਟ ਦੀ ਹੋ ਗਈ, ਹੈ ਨਾ, ਤੇ ਹਾਰਟ ਟਿਸ਼ੂਸ ਦੇ ਵਿੱਚ ਜਿੱਦਾਂ ਫ੍ਰੈਕਚਰਸ ਹੋ ਜਾਂਦੇ ਬੋਨਸ ਦੇ ਵਿੱਚ। ਸੋ ਇਹ ਪੁੱਛਿਆ ਜਾਏਗਾ, ਵੈਰੀ ਇੰਪੋਰਟੈਂਟ ਹੈਗਾ ਅਗੇਨ ਸਪੋਰਟਸ ਮੈਡੀਸਨ ਵੀ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫੈਮਿਲੀ ਲਾਈਫ, ਫੈਮਿਲੀ ਲਾਈਫ ਜੀ ਜੀ। ਸੋ ਬੈਲੈਂਸਿੰਗ ਫੈਮਿਲੀ ਐਂਡ ਹੈਲਥ, ਗੁੱਡ ਬਟ ਠੀਕ ਹੈਗਾ, ਬਟ ਇੰਨੇ ਕੁਐਸਚਨਸ ਤੋਂ ਐਕਸਪੈਕਟ ਆਪਾਂ ਨਾ ਕਰੀਏ, ਕਿਉਂਕਿ ਮੈਂ ਅੱਗੇ ਵੀ ਗੱਲ ਕੀਤੀ, ਜੇ ਆਪਣੇ ਕੋਲ ਪੂਰਾ ਸਿਲੇਬਸ ਹੈਗਾ ਨਾ, ਉਹਦੇ ਵਿੱਚ ਆਪਾਂ ਇਹ ਚੀਜ਼ ਐਨਾਲਾਈਜ਼ ਕਰਨੀ ਹੈ ਕਿ ਕਿਹੜੀ ਚੀਜ਼ ਇੰਪੋਰਟੈਂਟ ਆ ਤੇ ਕਿਹੜੀ ਚੀਜ਼ ਘੱਟ ਇੰਪੋਰਟੈਂਟ ਆ। ਬਿਲਕੁਲ, ਪਹਿਲੀ ਚੀਜ਼ ਇਹ ਹੈ ਕਿ ਜਿਹੜੀ ਚੀਜ਼ ਇੰਪੋਰਟੈਂਟ ਆ ਉੱਤੇ ਜ਼ਿਆਦਾ ਧਿਆਨ ਦੇਣਾ, ਤੇ ਜਿਹੜੀ ਚੀਜ਼ ਘੱਟ ਇੰਪੋਰਟੈਂਟ ਆ ਉੱਤੇ ਆਪਾਂ ਆਪਣੀ ਜਿਹੜੀ ਐਨਰਜੀ ਆ ਉਹ ਨਹੀਂ ਵੇਸਟ ਨਹੀਂ ਕਰਨੀ ਹੈ। ਠੀਕ ਹੈ ਜੀ, ਇਹ ਕੋਈ ਵੀ ਇਗਜ਼ਾਮ ਆ ਉਹਦਾ ਇਹੀ ਮੰਤਰ ਹੈ ਜੀ। ਉਹ ਤੁਹਾਨੂੰ ਕਿੱਦਾਂ ਪਤਾ ਲੱਗੇਗਾ, ਜਦੋਂ ਪ੍ਰੀਵੀਅਸ ਈਅਰ ਕੁਐਸਚਨ ਤੁਸੀਂ ਐਨਾਲਾਈਜ਼ ਕਰੋਗੇ ਉੱਤੇ ਪਤਾ ਲੱਗੇਗਾ ਤੁਹਾਨੂੰ। ਉਸ ਤੋਂ ਬਾਅਦ ਸਪੋਰਟਸ ਇਵੈਂਟ ਐਂਡ ਆਰਗੇਨਾਈਜੇਸ਼ਨ, ਕਿੱਦਾਂ ਆਪਾਂ ਸਪੋਰਟਸ ਇਵੈਂਟਸ ਨੂੰ ਆਰਗੇਨਾਈਜ਼ ਕਰਨਾ ਹੈ, ਕਿਉਂਕਿ ਸਕੂਲ 'ਚ ਇਹਨਾਂ ਨੇ ਕਰਨੀ ਹੈ। ਸਪੋਰਟਸ ਇਵੈਂਟਸ ਇੰਟਰਾ ਮੋਰਲਸ ਕੀ ਹੁੰਦੇ, ਐਕਸਟਰਾ ਮੋਰਲਸ ਕੀ ਹੁੰਦੇ ਆ, ਦੈਨ ਉਹਦੀ ਆਰਗੇਨਾਈਜੇਸ਼ਨ ਲਾਈਕ ਏਸ਼ੀਅਨ ਗੇਮਸ ਕੀ ਆ, ਠੀਕ ਹੈ ਜੀ, ਓਲੰਪਿਕ ਗੇਮਸ ਕੀ ਹੈਗੀ ਆ ਸਾਡੇ ਕੋਲ, ਕਾਮਨਵੈਲਥ ਗੇਮਸ ਕਿੰਨੀਆਂ ਹੁੰਦੀਆਂ, ਦੈਨ ਸਾਡੇ ਕੋਲ ਨਾਡਾ ਕੀ ਆ, ਵਾਡਾ ਕੀ ਆ, ਜਿੰਨੀਆਂ ਵੀ ਆਰਗੇਨਾਈਜ਼, ਸਪੋਰਟਸ ਅਥਾਰਟੀ ਆਫ ਇੰਡੀਆ, NSNIS, ਇਹਨਾਂ ਦੀਆਂ ਐਬਰੀਵੇਸ਼ਨ ਇਸ ਤਰ੍ਹਾਂ ਪੁੱਛ ਲਈਆਂ ਜਾਂਦੀਆਂ। ਬਿਲਕੁਲ ਸਰ, ਇਦਾਂ ਦੇ ਕੁਐਸਚਨ DPE ਦੇ ਵਿੱਚ ਬਣੇ ਸੀਗੇ। ਓਕੇ, ਲਾਈਕ ਐਲ ਲਕਸ਼ਮੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੀ ਫੁੱਲ ਫਾਰਮ ਕੀ, LCP ਲਿਖਤਾ ਸੀ, ਉਹਦੀ ਫੁੱਲ ਫਾਰਮ ਕੀ ਹੈਗੀ ਹੈ। ਅਸੀਂ ਤੁਹਾਨੂੰ ਨਾਲ ਇਹ ਤਰੀਕੇ ਦੱਸਾਂਗੇ, ਕਿਉਂਕਿ ਬੋਰਿੰਗ ਹੋ ਜਾਂਦਾ ਹੈ, ਮੈਮਰੀ ਲੋਡ ਵੱਧ ਜਾਂਦਾ ਹੈ, ਕਿ ਯਾਦ ਕਿਵੇਂ ਰੱਖਣਾ ਹੈ, ਆਸਾਨੀ ਨਾਲ ਬ੍ਰੇਨ 'ਚ ਕਿੱਦਾਂ ਰੱਖਣਾ ਹੈ, ਐਗਜ਼ਾਮ ਵਿੱਚ ਈਜ਼ੀਲੀ ਬਾਹਰ ਕਿੱਦਾਂ ਕੱਢਣਾ ਹੈ। ਨੈਕਸਟ ਹੈਗਾ ਸਾਡਾ ਕਿਨਸੀਓਲੋਜੀ ਐਂਡ ਬਾਇਓਮੈਕੈਨਿਕਸ, ਤੁਹਾਡਾ ਫੇਵਰੇਟ? ਮੇਰਾ ਫੇਵਰੇਟ ਹੈਗਾ ਜੀ, ਤੇ ਸਭ ਤੋਂ ਜ਼ਿਆਦਾ ਫੇਵਰੇਟ ਹੈ, ਤੇ ਉਸ ਟੀਚਰ ਨੂੰ ਪੜ੍ਹਨ ਦਾ ਮਜ਼ਾ ਆਏਗਾ। ਕਿਨਸੀਓਲੋਜੀ ਐਂਡ ਬਾਇਓਮੈਕੈਨਿਕਸ ਜੀ ਜੀ। ਸੋ ਇਹਦੇ ਵਿੱਚ ਵੀ ਆਪਾਂ ਸਿਰਫ ਬੇਸਿਕਸ ਹੀ ਕਰਨੇ ਆ, ਆਪਾਂ ਇਨਡੈਪਥ ਜਾਣਾ ਨਹੀਂ ਹੈਗਾ, ਨਹੀਂ ਆ। ਠੀਕ ਹੈ ਜੀ, ਲਾਈਕ ਇਹਦੇ ਵਿੱਚ ਸਾਡੇ ਕਿਨਸੀਓਲੋਜੀ ਕੀ ਹੈਗੀ ਆ, ਪਲੇਨਸ ਐਂਡ ਐਕਸਿਸ ਆਫ ਮੋਸ਼ਨ ਕੀ ਹੁੰਦੇ ਆ, ਲੋਕੇਸ਼ਨ ਟਰਮੀਨੋਲੋਜੀ ਕੀ, ਜਿੱਥੇ ਮੈਂ ਵੀਡੀਓਜ਼ ਆਲਰੇਡੀ ਅਪਲੋਡ ਕਰ ਚੁੱਕਾ ਹੈ ਜੀ ਜੀ ਜੀ। ਦੈਨ ਬਾਇਓਮੈਕੈਨਿਕਸ ਸਰ, ਉਹਨਾਂ ਦਾ ਲਿੰਕ ਤੁਸੀਂ ਨੀਚੇ ਦੇ ਦਿੰਦੇ ਹੋ, ਮੈਂ ਪਿਛਲੀ ਵੀਡੀਓ 'ਚ ਹੈ ਨਹੀਂ, ਮੈਂ ਦਿੱਤੇ ਨਹੀਂ ਹੈ, ਮੈਂ ਐਡ ਕਰ ਦੂੰਗਾ, ਲੜਾਈ ਹੋ ਜਾਣੀ ਸਰ, ਕੋਈ ਗੱਲ ਨਹੀਂ। ਤੇ ਬਾਇਓਮੈਕੈਨਿਕਸ ਦੇ ਵਿੱਚ ਜਿੱਦਾਂ ਕਿ ਨਿਊਟਨ ਦੇ ਲਾਅਸ ਪੁੱਛ ਲਏ ਜਾਣਗੇ, ਠੀਕ ਹੈ ਜੀ, ਉਸ ਤੋਂ ਬਾਅਦ ਫ੍ਰਿਕਸ਼ਨ ਕੀ ਹੈਗਾ ਆ, ਦੈਨ ਪ੍ਰੋਜੈਕਟਾਈਲ ਕੀ ਹੁੰਦੀ ਆ, ਮਤਲਬ ਬੇਸਿਕ ਚੀਜ਼ਾਂ ਪੁੱਛੀਆਂ ਜਾਣਗੀਆਂ, ਇਹਨਾਂ ਤੁਹਾਨੂੰ ਖਰੋਤ ਖਰੋਤ ਕੋਈ ਨਹੀਂ ਪੁੱਛਿਆ ਜਾਏਗਾ, ਠੀਕ ਹੈ। ਉੱਪਰ ਉੱਪਰ ਚੀਜ਼ਾਂ ਪੁੱਛੀਆਂ ਜਾਣਗੀਆਂ, ਲੀਵਰਸ ਪੁੱਛ ਲੈਣਗੇ, ਲੀਵਰਸ ਦੀ ਵੀਡੀਓਜ਼ ਮੈਂ ਆਲਰੇਡੀ ਅਪਲੋਡ ਕਰ ਚੁੱਕਾ, ਤੁਸੀਂ ਦੇਖ ਸਕਦੇ ਹੋ। ਸੋ ਅਗਲੀ ਚੀਜ਼ ਸਾਡੇ ਕੋਲ ਹੈਗੀ ਹੈ, ਦੈਟ ਇਜ਼ ਮਸਾਜ ਐਂਟਰਟੇਨਮੈਂਟ ਐਂਡ ਸਪੋਰਟਸ ਫਿਕਸਚਰ। ਮਸਾਜ ਕੀ ਹੈ, ਮਸਾਜ ਦੇ ਟਾਈਪਸ ਪੁੱਛ ਸਕਦੇ ਨੇ ਸਰ, ਮੈਂ ਕਰ ਵੀ ਲੈਣਾ। ਓਕੇ, ਆਈ ਨੋ ਸਰ। ਸੋ ਉਸ ਤੋਂ ਬਾਅਦ ਸਰ ਇਹ ਵੀ ਮੈਂ ਕਰ ਲੈਣਾ, ਐਂਟਰਟੇਨਮੈਂਟ। ਸੋ ਐਂਟਰਟੇਨਮੈਂਟ ਇਜ਼ ਅ ਰੀਕ੍ਰੀਏਸ਼ਨ ਦਾ ਪਾਰਟ ਆ ਜਾਏਗਾ। ਉਸ ਤੋਂ ਬਾਅਦ ਸਾਡੇ ਕੋਲ ਸਪੋਰਟਸ ਫਿਕਸਚਰਸ, ਜਿੱਦਾਂ ਟੂਰਨਾਮੈਂਟਸ ਹੁੰਦੇ ਆ, ਟੂਰਨਾਮੈਂਟਸ ਦੇ ਕਿਹੜੇ ਕਿਹੜੇ ਫਿਕਸਚਰਸ, ਨੌਕਆਊਟ ਫਿਕਸਚਰ ਹੋ ਗਿਆ, ਲੀਗ ਮੈਥਡ ਹੋ ਗਿਆ। ਸੋ ਵੈਰੀ ਇੰਪੋਰਟੈਂਟ ਹੈ ਵੀ ਜਿਹੜਾ ਆਹ ਵਾਲਾ ਪਾਰਟ ਹੈ, ਮਸਾਜ ਤੋਂ ਇੱਕ ਅੱਧਾ ਕੁਐਸਚਨ, ਇੱਕ ਦੋ ਕੁਐਸਚਨ ਬਣਦੇ ਆ। ਸੋ ਦੋ ਕੁ ਕੁਐਸਚਨ ਤੁਹਾਨੂੰ ਮਸਾਜ ਤੋਂ, ਤੇ ਚਾਰ ਪੰਜ ਕੁਐਸਚਨ ਤੁਹਾਨੂੰ ਸਪੋਰਟਸ ਫਿਕਸਚਰ ਚੋਂ ਦੇਖਣ ਮਿਲਣਗੇ, ਵੈਰੀ ਇੰਪੋਰਟੈਂਟ ਹੈਗਾ ਸਰ। ਓਕੇ, ਤੇ ਤੁਹਾਨੂੰ ਟਾਈਪ ਆਫ ਟੂਰਨਾਮੈਂਟ ਪੁੱਛ ਲੈਂਦਾ, ਸੋ ਇੱਥੇ ਵੀ ਸਟਾਰ ਮਾਰਕ ਕਰਨ ਦੀ ਜ਼ਰੂਰਤ ਆ, ਇੱਥੋਂ ਕੁਐਸਚਨ ਹਮੇਸ਼ਾ ਆਉਂਦੇ। ਗੁੱਡ, ਉਸ ਤੋਂ ਬਾਅਦ ਅਗਲੀ ਚੀਜ਼ ਹੈਗੀ ਆ ਇੰਟਰੋਡਕਸ਼ਨ ਟੂ ਕੰਪਿਊਟਰ।
ਕੰਪਿਊਟਰ ਆ ਗਿਆ ਦੈਨ ਆਪਾਂ ਯੋਗਾ ਨਾਲ ਕਨੈਕਟ ਕਰਤਾ ਆਈ ਐਮ ਸੌਰੀ ਸੋ ਕੰਪਿਊਟਰ ਦੇ ਵਿੱਚ ਬੇਸਿਕ ਹੀ ਪੁੱਛਿਆ ਜਾਂਦਾ ਬਿਲਕੁਲ ਤੁਹਾਨੂੰ ਫੁੱਲ ਫਾਰਮ ਪੁੱਛ ਲੇਗਾ ਸੀਪੀਯੂ ਕੀ ਹੈ ਲਾਈਕ ਪੁੱਛ ਲੇਗਾ ਰੈਮ ਕੀ ਹੈ ਰੈਮ ਕੀ ਹਾਂ ਰੈਂਡਮ ਐਕਸੈਸ ਮੈਮਰੀ ROM ਕੀ ਹੈਗੀ ਆ ਫੁੱਲ ਫਾਰਮ ਕੀ ਹੈ ਠੀਕ ਹੈ ਜੀ ਦੈਨ ਇਨਪੁੱਟ ਆਊਟਪੁੱਟ ਡਿਵਾਈਸ ਪੁੱਛ ਲੇਗਾ ਤੁਹਾਨੂੰ ਸੋ ਇਹ ਡੀਪੀ ਦਾ ਸਿਲੇਬਸ ਸੀਗਾ ਦੈਨ ਯੋਗਾ ਯੋਗਾ ਦੇ ਵਿੱਚ ਤੁਹਾਨੂੰ ਬੇਸਿਕ ਪੁੱਛਦੇ ਨੇ ਉਹ ਕਲਚਰ ਆਸਨ ਪੁੱਛ ਸਕਦੇ ਨੇ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਤੁਹਾਨੂੰ ਉਹ ਪੁੱਛ ਲੈਂਦੇ ਪ੍ਰਾਣਾਯਾਮਸ ਵਗੈਰਾ ਬਾਰੇ ਪੁੱਛ ਲੈਂਦੇ ਨੇ ਸੋ ਯੋਗਾ ਨੂੰ ਤਾਂ ਗਵਰਨਮੈਂਟ ਬੜਾ ਇਸ ਵੇਲੇ ਪ੍ਰਮੋਟ ਵੀ ਕਰ ਰਹੀ ਹੈ ਬਿਲਕੁਲ ਕਰਨਾ ਵੀ ਚਾਹੀਦਾ ਕਿਉਂਕਿ ਸਾਡਾ ਕਲਚਰ ਹੈਗਾ ਬਿਲਕੁਲ ਠੀਕ ਹੈ ਤੇ ਇਸ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਯੋਗਾ ਤੋਂ ਵੀ ਤੁਹਾਨੂੰ ਦੋ ਤਿੰਨ ਕੁਐਸਚਨ ਮਿਲਣਗੇ ਤੇ ਇਹਦੇ ਤੋਂ ਵੀ ਤੁਹਾਨੂੰ ਡਕ ਫੋਰ ਐਗਜ਼ਾਮਪਲ ਮੈਨੂੰ ਯਾਦ ਆਇਆ ਕਿ ਉਹਦੇ ਵਿੱਚ ਉਹ ਜੋ ਕਰਦੇ ਆ ਅਸੀਂ ਸੂਰਯ ਨਮਸਕਾਰ ਨਾ ਉਸ ਵਿੱਚ ਕਿੰਨੇ ਆਸਣ ਹੁੰਦੇ ਨੇ ਉਹ ਸਟੈਪਸ ਹੁੰਦੇ ਨੇ ਕਿੰਨੇ ਸਟੈਪਸ ਹੁੰਦੇ ਨੇ 12 ਸ਼ਾਇਦ ਕੁਐਸਚਨ ਆਇਆ ਵੀ ਸੀ ਮੇਰੇ ਸਾਹਮਣੇ ਹਾਂਜੀ 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 ਡੀਪੀ ਦੇ ਵਿੱਚ ਵੀ ਆਇਆ ਸੀ ਹਾਂਜੀ ਹਾਂਜੀ ਸੋ ਅੱਗੇ ਹੈਗਾ ਟ੍ਰੈਕ ਐਂਡ ਫੀਲਡ ਗੇਮਸ ਵੈਰੀ 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 ਇੰਪੋਰਟੈਂਟ ਇਹ ਤਾਂ ਤੁਹਾਡੇ ਕੰਮ ਹੈ ਠੀਕ ਹੈ ਜੀ ਇਹ ਮਤਲਬ ਮੈਮਰੀ ਲੈਵਲ ਤੇ ਇਹ ਚੀਜ਼ਾਂ ਸਾਰੀਆਂ ਸੋ ਇਹਦੇ ਵਿੱਚ ਵੀ ਆਪਾਂ ਜਿਹੜਾ ਪੜ੍ਹਨਾ ਹੈਗਾ ਠੀਕ ਹੈ ਜੀ ਉਹ ਆਪਾਂ ਇਹ ਨਹੀਂ ਹੈ ਕਿ ਆਪਾਂ ਕੋਚ ਨਹੀਂ ਬਣਨਾ ਹੈਗਾ ਪੋਸੀਬਲ ਨਹੀਂ ਹੈਗਾ ਕਿਉਂਕਿ ਫਿਜ਼ੀਕਲ ਐਜੂਕੇਸ਼ਨ ਟੀਚਰ ਇਹ ਪੋਸੀਬਲ ਨਹੀਂ ਹੈਗਾ ਕਿ ਹਰ ਚੀਜ਼ ਉਹਨੂੰ ਗੇਮ ਪੂਰੀ ਸਾਰੀਆਂ ਆਉਂਦੀਆਂ ਲੇਕਿਨ ਫੰਡਾਮੈਂਟਲ ਜਿਹੜੇ ਹੈਗੇ ਤੁਹਾਡੇ ਉਹ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ ਇਹਦੇ ਵਿੱਚ ਕੀ ਪੜ੍ਹਨਾ ਇਹਦੇ ਵਿੱਚ ਤੁਸੀਂ ਮੈਂ ਲਾਸਟ ਲੈਕਚਰ 'ਚ ਵੀ ਦੱਸਿਆ ਸੀਗਾ ਕਿ ਤੁਸੀਂ ਜਿਹੜੀ ਗੇਮ ਆ ਤੁਹਾਡੀ ਉਹਦੀ ਹਿਸਟਰੀ ਚੱਕੋ ਹਿਸਟਰੀ ਪੜ੍ਹੋ ਥੋੜ੍ਹੀ ਜਿਹੀ ਬਰੀਫ ਕਿ ਇਹ ਕਦੋਂ ਫੋਨ ਦੇ ਵਿੱਚ ਆਈ ਗੇਮ ਇਹਦੇ ਪਿੱਛੇ ਮਤਲਬ ਇਹਨੂੰ ਕਿੰਨੇ ਡਿਵੈਲਪ ਤੁਸੀਂ ਪੇਡ ਕੋਰਸ ਤਾਂ ਇਹਨੂੰ ਬੜਾ ਬਿਲਕੁਲ ਬਿਲਕੁਲ ਇਹਦੇ ਵਿੱਚ ਆਪਾਂ ਤੁਹਾਨੂੰ ਜਿੱਦਾਂ ਟ੍ਰੈਕ ਐਂਡ ਫੀਲਡ ਆ ਇਹਨੂੰ ਇਹ ਤੁਹਾਨੂੰ ਟ੍ਰੈਕ ਐਂਡ ਫੀਲਡ 3D ਦੇ ਵਿੱਚ ਦਿਖਾਵਾਂਗੇ ਆਪਾਂ ਓਕੇ 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 3D ਵਿੱਚ ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਇੰਟਰਸਟਿੰਗ ਬਣ ਜਾਏਗਾ ਤੁਹਾਡਾ ਟ੍ਰੈਕ ਤੁਹਾਡੇ ਕੋਲ ਹੀ ਆ ਹਾਏ 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 ਠੀਕ ਹੈ ਜੀ ਉਹ ਮਤਲਬ ਸਟੂਡੀਓ ਵਿੱਚ ਤੁਸੀਂ ਇਹਨਾਂ ਨੂੰ ਗਰਾਊਂਡ 'ਚ ਲੈ ਜਾਓਗੇ ਸੋ ਉਦੋਂ ਦਾ ਕੁਝ ਮਾਹੌਲ ਬਣਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਸੋ ਟ੍ਰੈਕ ਐਂਡ ਫੀਲਡ ਹੋ ਗਿਆ ਗੇਮਸ ਹੋ ਗਿਆ ਹਿਸਟਰੀ ਪੁੱਛੇਗਾ ਤੁਹਾਨੂੰ ਗੇਮ ਦੀ ਟ੍ਰੈਕ ਐਂਡ ਫੀਲਡ ਦੀ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਕੋਲ ਰਿਕਾਰਡ ਹੋਲਡਰ ਦੇ ਨਾਮ ਪੁੱਛ ਸਕਦਾ ਕਿਹਦਾ ਵਰਲਡ ਰਿਕਾਰਡ ਹੈਗਾ ਉਸ ਤੋਂ ਬਾਅਦ ਤੁਹਾਨੂੰ ਕੀ ਪੁੱਛ ਸਕਦਾ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬੇਸਿਕ ਰੂਲਸ ਐਂਡ ਰੈਗੂਲੇਸ਼ਨਸ ਠੀਕ ਹੈ ਨਾ ਬੇਸਿਕ ਰੂਲਸ ਐਂਡ ਰੈਗੂਲੇਸ਼ਨਸ ਮੈਂ ਆ ਰਿਹਾ ਉਹਦੇ ਤੇ ਵੀ ਬੇਸਿਕ ਰੂਲਸ ਐਂਡ ਰੈਗੂਲੇਸ਼ਨਸ ਕੀ ਉਹਦੇ ਮਤਲਬ ਵਾਇਲੇਸ਼ਨਸ ਫਾਉਲਸ ਕੀ ਨੇ ਦੈਨ ਉਹਦੇ ਡਾਇਮੈਂਸ਼ਨਸ ਵੈਰੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਜਿਹੜੇ ਡਾਇਮੈਂਸ਼ਨਸ ਨੇ ਉੱਤੇ ਉਹ ਕੁਐਸਚਨ ਪੁੱਛੇਗਾ ਉਸ ਤੋਂ ਬਾਅਦ ਡਾਇਮੈਂਸ਼ਨਸ ਤੋਂ ਬਾਅਦ ਉਹ ਤੁਹਾਨੂੰ ਪੁੱਛ ਸਕਦਾ ਇਹਦੇ ਵਿੱਚ ਕਿਹੜੇ ਕਿਹੜੇ ਫੇਮਸ ਟੂਰਨਾਮੈਂਟਸ ਕਰਾਏ ਗਏ ਨੇ ਕਿਹੜੀ ਕਿਹੜੀ ਫੇਮਸ ਸਪੋਰਟਸ ਪਰਸਨੈਲਿਟੀਜ਼ ਉਸ ਪਰਟੀਕੂਲਰ ਗੇਮ ਤੋਂ ਬਿਲੋਂਗ ਕਰਦੀ ਗੁੱਡ ਠੀਕ ਹੈ ਨਾ ਤੇ ਇੱਦਾਂ ਤੁਹਾਨੂੰ ਪੁੱਛ ਲੇਗਾ ਉਹ ਸੋ ਇਹ ਬਹੁਤ ਜ਼ਰੂਰੀ ਹੈ ਦੈਨ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੂੰਗਾ ਕਰੰਟ ਅਫੇਅਰਸ ਓਕੇ ਉੱਤੇ ਤੁਹਾਡਾ ਫੋਕਸ ਹੋਣਾ ਚਾਹੀਦਾ ਤੇ ਸਰ ਉਹ ਕਾਫੀ ਵਾਸਟ ਨਹੀਂ ਹੋ ਜਾਂਦਾ ਸਰ ਸਿਰਫ ਕਰੰਟ ਅਫੇਅਰਸ ਉਹ ਪੜ੍ਹਨੇ ਆ ਲਾਈਕ ਤੁਸੀਂ ਏਸ਼ੀਅਨ ਗੇਮਸ ਹੋਈਆਂ ਹੁਣੇ ਕਾਮਨਵੈਲਥ ਗੇਮਸ ਹੋਈਆਂ ਜਾਂ ਸਾਡੀਆਂ ਓਲੰਪਿਕ ਗੇਮਸ ਹੋਈਆਂ ਸੀਗੀਆਂ ਇਹਦੇ ਕੁਐਸਚਨ ਡੀਪੀ 'ਚ ਬਣੇ ਸੀਗੇ ਓਕੇ ਉਹਨਾਂ ਨੇ ਪੁੱਛ ਲਿਆ ਕਿ ਮੰਨ ਲਓ ਤੁਹਾਨੂੰ ਪੁੱਛ ਲੇਗਾ ਕਿ ਮੰਨ ਲਓ ਬਜਰੰਗ ਪੁਨੀਆ ਉਹਦਾ ਕਾਮਨਵੈਲਥ ਗੇਮ ਦੇ ਵਿੱਚ ਕਿਹੜਾ ਮੈਡਲ ਸੀਗਾ ਤਾਂ ਕਿਹੜੀ ਕੈਟੇਗਰੀ ਵੇਟ ਕਲਾਸ ਕਿਹੜੀ ਸੀਗੀ ਇੱਦਾਂ ਪੁੱਛ ਲੇਗਾ ਤੁਹਾਨੂੰ ਵੇਟ ਕਲਾਸ ਓਕੇ ਹੁਣ ਇਹ ਵੇਟ ਕਲਾਸ ਜਦੋਂ ਪੁੱਛ ਲਿਆ ਸਾਨੂੰ ਇਹ ਤਾਂ ਪਤਾ ਹੋਏਗਾ ਜਾਂ ਹਾਂ ਯਾਰ ਉਹਦਾ ਸਿਲਵਰ ਸੀ ਜਾਂ ਉਹਦਾ ਗੋਲਡ ਸੀਗਾ ਬਟ ਜੇ ਤੁਹਾਨੂੰ ਪਤਾ ਨਹੀਂ ਹੈਗਾ ਉਹਦੀ ਵੇਟ ਕਲਾਸ ਕਿਹੜੀ ਆ ਉਹਨੇ ਵੇਟ ਕਲਾਸ ਪੁੱਛ ਲਈ ਹੁਣ ਤੁਹਾਨੂੰ ਤੇ ਸਰ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਡਿਫਰੈਂਟ ਸਟੇਟਸ ਦੀਆਂ ਗਵਰਨਮੈਂਟ ਕਰਵਾਉਂਦੀ ਹੈ ਖੇਲੋ ਇੰਡੀਆ ਹਾਂਜੀ 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 ਖੇਲੋ ਇੰਡੀਆ ਸਿਰਫ ਤੁਹਾਨੂੰ ਜਿੱਦਾਂ ਪੁੱਛੇਗਾ ਕਿ ਕਿਹੜੀ ਸਟੇਟ ਜਿੱਤੀ ਹੈ ਕਿਹੜੀ ਜਿੱਤੀ ਹੈ ਹਾਂ ਜਾਂ ਕਿਹੜੀ ਯੂਨੀਵਰਸਿਟੀ ਹਰਿਆਣਾ ਸ਼ਾਇਦ ਉਧਰੋਂ ਮਹਾਰਾਸ਼ਟਰ ਤੋਂ ਮੈਂ ਦੱਸਿਆ ਸੀ ਕਿਹੜੀ ਜਗ੍ਹਾ ਹੈ ਟੂਰਨਾਮੈਂਟ ਹੋਇਆ ਪਾਰਟਿਕੂਲਰਲੀ ਇੱਕ ਵੈਨਿਊ ਪੁੱਛ ਲੇਗਾ ਉਹਦਾ ਠੀਕ ਠੀਕ ਸੋ ਇਦਾਂ ਦਾ ਕੁਝ ਹਿਸਾਬ ਕਿਤਾਬ ਹੋਏਗਾ ਠੀਕ ਹੈ ਜੀ ਹਾਂਜੀ ਨੈਕਸਟ ਪਲੀਜ਼ ਤੇ ਇਹੀ ਹੈ ਸਰ ਸਾਡੇ ਕੋਲ ਓਕੇ ਜੇ ਇਹ ਇੰਨਾ ਹੈ ਤਾਂ PTI ਇਹਦੇ ਵਿੱਚ ਕਵਰ ਹੋਏਗਾ ਇਹ ਹੋ ਸਕਦਾ ਹੈ ਕਿ 10% ਕੁਝ ਐਕਸਟਰਾ ਹੋਵੇ ਜੋ
ਛੋਟੇ ਵਿਦਿਆਰਥੀਆਂ ਨੂੰ, ਕਿਉਂਕਿ ਪੀ ਟੀ ਆਈ ਦੀਆਂ ਪੋਸਟਾਂ ਪਹਿਲੀ ਤੋਂ ਹੈ ਨਾ ਫਸਟ ਤੋਂ ਫਿਫਥ ਤੱਕ ਹੈ, ਅਤੇ ਇਹ ਜਿਹੜੀਆਂ ਪੋਸਟਾਂ ਜਿਹੜੀਆਂ ਇਹਨਾਂ ਦੀ ਗੱਲ ਕੀਤੀ ਗਈ ਸੀ ਇਹ ਟੈਂਥ ਤੱਕ ਜਾ ਰਹੀਆਂ ਨੇ। ਸੋ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹਦੇ ਵਿੱਚੋਂ ਇਹ ਕਵਰ ਹੋਏਗਾ। ਦੂਸਰਾ, ਛੋਟੇ ਬੱਚਿਆਂ ਦੀ ਸਾਈਕੋਲੋਜੀ ਮੁਤਾਬਕ ਕੁਛ 10% ਐਡੀਸ਼ਨਲ ਲੱਗ ਜਾਵੇ। ਸੋ ਮੇਰੇ ਮੁਤਾਬਕ ਜੋ ਸਰ ਨੇ ਮੋਸਟ ਇੰਪੋਰਟੈਂਟ ਏਰੀਆਜ਼ ਕੱਢ ਕੇ ਸਾਨੂੰ ਦਿੱਤੇ ਨੇ, ਅਸੀਂ ਉਹਨਾਂ 'ਤੇ ਫੋਕਸ ਕਰੀਏ, ਉਹਨਾਂ 'ਚ ਹੈਲਪ ਸਾਰੀ ਅਸੀਂ ਹੀ ਕਰਨੀ ਹੈ, ਕਿਉਂਕਿ ਆਲਰੇਡੀ ਅਨਾਲਿਸਿਸ ਹੋ ਰਹੇ ਨੇ ਅਤੇ ਔਰ ਕਰ ਚੁੱਕੇ ਨੇ। ਸੋ ਵੀਡੀਓ ਤੁਸੀਂ ਨਾਲੋ ਨਾਲ ਵੇਖ ਸਕਦੇ ਹੋ, ਸੰਬੰਧਿਤ ਲਿੰਕ ਜਿਹੜੇ ਹੈ ਉਹ ਨੀਚੇ ਦਿੱਤੇ ਗਏ ਹਨ। ਤੁਹਾਡੇ ਕੋਈ ਡਾਊਟ ਨੇ, ਇੰਟਰਸਟ ਹੈ, ਕੁਐਸਚਨ ਹੈ, ਉਸਨੂੰ ਕਮੈਂਟ ਬਾਕਸ 'ਚ ਜ਼ਰੂਰ ਗੱਲ ਕਰੋ ਉਸਦੀ ਅਤੇ ਕਮਿਊਨੀਕੇਟ ਕਰੋ ਸਾਡੇ ਤੱਕ। ਦੂਸਰੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਟਾਈਮ ਮੈਨੇਜ ਕਰਨਾ ਹੈ ਹੁਣ ਤੋਂ ਕਰਨਾ ਸ਼ੁਰੂ ਕਰ ਦਿਓ, ਜੋ ਪ੍ਰੋਬਲਮ ਆਉਂਦੀਆਂ ਉਹਨਾਂ ਨੂੰ ਡਾਊਟ ਵਿੱਚ ਕਨਵਰਟ ਕਰ ਸਕਦੇ ਹੋ। ਸੋ ਇਸ ਦੀ ਨੈਕਸਟ ਸੀਰੀ ਜ਼ਰੂਰ ਆਏਗੀ ਕਿ ਕੀ ਕਰਨਾ ਹੈ। ਮੇਰੇ ਖਿਆਲ ਨੈਕਸਟ ਆਪਾਂ ਇਹਦਾ ਜਿਹੜਾ ਐਨਾਲਿਸਿਸ ਆ, ਡੀਪੀ 168 ਦਾ ਪੇਪਰ ਹੋਇਆ ਸੀ, ਅੱਛਾ ਉਹਦਾ ਐਨਾਲਿਸਿਸ, ਉਹਦਾ ਮੈਂ ਐਨਾਲਿਸਿਸ ਲੈ ਕੇ ਆਉਂਗਾ ਤੁਹਾਡੇ ਵਾਸਤੇ, ਪੂਰਾ ਆਪਾਂ ਐਨਾਲਿਸਿਸ ਕਰਾਂਗੇ। ਫਿਰ ਉਹ ਰਾਜਸਥਾਨ ਇਹ ਉਹ ਉਹਨਾਂ ਦੇ ਪੇਪਰ ਵੀ ਸਾਰੇ ਆਪਾਂ ਐਨਾਲਿਸਿਸ ਕਰਾਂਗੇ, ਇਹਨਾਂ ਦਾ ਬਹੁਤ ਜ਼ਰੂਰੀ ਹੈਗਾ। ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਮੈਂ, ਇਹ ਤਾਂ ਡੀਪੀ ਦਾ ਸਿਲੇਬਸ ਆ, ਪੀਐਸ ਟੈਟ ਦਾ ਜਿਹੜਾ ਸਿਲੇਬਸ ਸੀਗਾ ਪੰਜਾਬ ਦਾ, ਉਹਨੂੰ ਵੀ ਕੰਸੀਡਰ ਕਰਨਾ ਤੁਹਾਡੇ ਲਈ ਜ਼ਰੂਰੀ ਹੈ। ਓਕੇ, ਠੀਕ ਹੈ ਜੀ, ਉਹ ਬੜਾ ਸਿੰਪਲ ਜਿਹਾ ਸਿਲੇਬਸ ਹੈਗਾ, ਠੀਕ ਹੈ ਜੀ, ਠੀਕ ਹੈ, ਤੇ ਉਹਨੂੰ ਵੀ ਤੁਸੀਂ ਜਿਹੜਾ ਨੈਸ਼ਨਲ ਫਲੈਗ ਬਾਰੇ ਪੁੱਛਿਆ ਸੀਗਾ, ਧਿਆਨ ਚੰਦ ਬਾਰੇ ਪੁੱਛਿਆ ਸੀਗਾ, ਮੇਜਰ ਧਿਆਨ ਚੰਦ ਜੀ ਬਾਰੇ, ਉਸ ਤੋਂ ਬਾਅਦ ਗੋਲਡਨ ਬੋਆਏ ਅਭਿਨਵ ਬਿੰਦਰਾ ਬਾਰੇ ਪੁੱਛਿਆ ਸੀਗਾ। ਸੋ ਇਦਾਂ ਦੇ ਕੁਝ ਚੈਪਟਰ ਲਾਈਕ ਸਾਡੀ ਕਲਚਰਲ ਜਿਹੜੀ ਗੇਮਸ ਨੇ ਜੀ, ਜਿੱਦਾਂ ਕੋਕਲਾ ਛਪਾ ਕੇ ਜੁੰਮੇ ਰਾਤ, ਹਾਏ ਹਾਏ, ਬਚਪਨ ਦਾ ਪੁੱਛਿਆ ਗਿਆ ਸੀ ਉਹਨਾਂ ਬਾਰੇ, ਤੇ ਉਹ ਵੀ ਇਹਦੇ ਵਿੱਚ ਤੁਸੀਂ ਕੰਸੀਡਰ ਕਰਕੇ ਚੱਲਣਾ, ਉਸ ਤੋਂ 20 ਕੁਐਸਚਨ ਬਣ ਸਕਦੇ ਨੇ। ਤੇ ਬਹੁਤ ਜਲਦੀ ਆਪਾਂ ਆਪਣੀ ਜਿਹੜੀ ਸੀਰੀਜ਼ ਆ ਪੀ ਟੀ ਆਈ ਦੀ ਜਿਹੜੀ ਸਾਡੀ ਕਿਹੜੀ ਹੈ ਪਾਠਸ਼ਾਲਾ, ਪੀ ਟੀ ਆਈ ਦੀ ਜਿਹੜੀ ਪਾਠਸ਼ਾਲਾ ਸਾਡੀ ਪੀ ਟੀ ਆਈ ਪਾਠਸ਼ਾਲਾ ਜਿਹੜੀ ਆ ਉਹ ਆਪਾਂ 26th I think so 26 ਨੂੰ ਸਰ ਕੀ ਵਾਰ ਪੈਂਦਾ ਮੰਡੇ, ਇਹ ਮਤਲਬ ਬਸ 26 ਇਹਨਾਂ ਲਈ ਕਾਫੀ ਹੈ ਜਦੋਂ ਵੀਡੀਓ ਦੇਖ ਰਹੇ ਹੋਣਗੇ। ਸੋ 26 ਤੋਂ ਆਪਾਂ ਉਹ ਸੀਰੀਜ਼ ਜਿਹੜੀ ਹੈਗੀ ਆ ਉਹ ਆਪਾਂ ਲਾਂਚ ਕਰਨ ਜਾ ਰਹੇ ਹਾਂ, ਠੀਕ ਹੈ, ਤੇ ਪਹਿਲਾ ਵੀਡੀਓ ਆਏਗਾ ਸਾਡਾ, ਤੇ ਉਹਦੇ ਵਿੱਚ ਆਪਾਂ ਤੁਹਾਨੂੰ ਕੁਐਸਚਨਸ ਕਰਾਵਾਂਗੇ, ਗੁੱਡ, ਤੇ ਨਾਲ ਨਾਲ ਇਹ ਜਿਹੜੀਆਂ ਸਟ੍ਰੈਟੇਜਿਕ ਜਿਹੜੀ ਸਾਡੀ ਵੀਡੀਓਸ ਹੈਗੀਆਂ ਉਹ ਆਉਂਦੀਆਂ ਰਹਿਣਗੀਆਂ, ਠੀਕ ਹੈ ਜੀ। ਬਾਕੀ ਟੀਚਰਸ ਵੀ ਜਿਹੜੇ ਐਕਸਪਰਟ ਨਾਲ ਜੁੜੇ ਹੋਏ ਨੇ ਡਿਫਰੈਂਟ ਫੀਲਡ ਤੋਂ, ਉਹ ਇਸੇ ਤਰ੍ਹਾਂ ਵੀਡੀਓ ਅਪਲੋਡ ਕਰਦੇ ਰਹਿਣਗੇ, ਤੁਸੀਂ ਜੁੜੇ ਰਹਿ ਸਕਦੇ ਹੋ, ਕੋਈ ਕੁਐਸਚਨ ਹੋਵੇ ਫਿਰ ਤੋਂ, ਕੋਈ ਡਾਊਟ ਹੋਵੇ, ਲੇਕਿਨ ਤੁਰਨਾ ਤੁਸੀਂ ਹੈ, ਹੈਲਪ ਅਸੀਂ ਕਰਨੀ ਹੈ, ਰਾਹ ਬਣਾ ਸਕਦੇ ਹਾਂ ਹਰ ਹਾਲਤ ਵਿੱਚ, ਕਰਨਾ ਤੁਸੀਂ ਹੈ। ਇਸ ਵੀਡੀਓ 'ਚ ਅਸੀਂ ਡਿਸਕਸ ਕੀਤਾ ਹੈ ਕਰਨਾ ਕੀ ਹੈ, ਕਰਨਾ ਤੁਸੀਂ ਹੈ, ਹੈਲਪ ਅਸੀਂ ਕਰਾਂਗੇ ਮਿਲ ਕੇ, ਲਰਨ ਟੂ ਐਕਚੁਅਲਾਈਜ਼ ਐਂਡ ਫਿਜ਼ੀਕਲ ਐਜੂਕੇਸ਼ਨ ਪ੍ਰੈਪ। ਸੋ ਇੱਕ ਚੀਜ਼ ਹੋਰ ਮੈਂ ਐਡ ਕਰ ਦਵਾਂ, ਪਲੀਜ਼ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਪਲੀਜ਼ ਦੇਖੋ ਆਪਾਂ ਐਫਰਟ ਕਰ ਰਹੇ ਹਾਂ, ਠੀਕ ਹੈ ਜੀ, ਯੂਟਿਊਬ ਦੇ ਉੱਤੇ ਜੀ, ਇਹ ਤੁਹਾਡੇ ਲਈ ਇੱਕ ਮੈਂ ਕਹੂੰਗਾ ਕਿ ਇੱਕ ਸੁਨਹਿਰੀ ਮੌਕਾ ਕਿ ਆਪਾਂ ਐਫਰਟ ਕਰ ਰਹੇ ਹਾਂ। ਸੋ ਪਲੀਜ਼ ਇਹਨਾਂ ਵੀਡੀਓਜ਼ ਨੂੰ ਜ਼ਰੂਰ ਆਪਣੇ ਫਰੈਂਡਸ ਦੇ ਨਾਲ ਜਿਹੜੇ ਤਿਆਰੀ ਕਰ ਰਹੇ ਨੇ ਪੀ ਟੀ ਆਈ ਦੀ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਜੀ, ਜੀ, ਠੀਕ ਹੈ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਭੁੱਲਣਾ ਨਹੀਂ ਹੈਗਾ। ਥੈਂਕ ਯੂ ਡਾਕਟਰ ਤੀਰਥ ਸਿੰਘ, ਪ੍ਰੋਫੈਸਰ ਸਿਮਰਨਜੀਤ ਸਿੰਘ, ਬਾਏ।